ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਨਵੇਂ ਪਾਥਵੇ ਦੇ ਬਾਰੇ ਜ ਐਲਾਨ ਕਰ ਦਿੱਤਾ ਹੈ ਇਹ ਨਵਾਂ ਪਾਥਵੇ এমਪਲॉयर्स ਦੇ ਲਈ ਹੈ ਕਿ ਉਹ ਸਕਿਲਡ ਰੈਫਿਊਜੀਸ ਨੂੰ ਨੌਕਰੀ ਦੇ ਸਕਣਗੇ ਤੇ ਉਹਨਾਂ ਨੂੰ ਕੈਨੇਡਾ ਵਿੱਚ ਸੈਟਲ ਹੋਣ ਦੇ ਲਈ ਮਦਦ ਮਿਲ ਸਕੇਗੀ ਤੇ এমਪਲॉयर्स ਨੂੰ ਕੰਮੇ ਮਿਲ ਸਕਣਗੇ ਪਹਿਲਾਂ ਤੋਂ ਚੱਲੇ ਆ ਰਹੇ ਇਕਨੋਮਿਕ ਮੋਬਿਲਿਟੀ ਪਾਥਵੇ ਪਾਇਲਟ ਪ੍ਰੋਗਰਾਮ ਦੇ ਅਧੀਨ ਹੀ ਨਵਾਂ ਪਾਥਵੇ ਇਨਾ ਗਰਮੀਆਂ ਤੋਂ ਸ਼ੁਰੂ ਹੋ ਰਿਹਾ ਹੈ ਇਸ ਦੇ ਨਾਲ ਸਕਿਲਡ ਰੈਫਿਊਜੀਸ ਕੈਨੇਡਾ ਦੇ EMPLOYEURS ਦੇ ਸੰਪਰਕ ਵਿੱਚ ਆ ਸਕਣਗੇ ਤੇ ਮੁੱਖ ਖੇਤਿਆਂ ਵਿੱਚ EMPLOYEURS ਨੂੰ ਕੰਮੇ ਮਿਲ ਸਕਣਗੇ ਨਵੇਂ ਪਾਥਵੇ ਨੂੰ ਜੋ ਇਹਨਾਂ ਗਰਮੀਆਂ ਵਿੱਚ ਲਾਂਚ ਕੀਤਾ ਜਾ ਰਿਹਾ ਹੈ ਉਸ ਦੇ ਨਾਲ EMPLOYEURS ਨੂੰ ਵੱਖੋ-ਵੱਖਰੇ ਖੇਤੇ ਜਿਵੇਂ ਕਿ ਨਰਸੇਡਸ ਪਰਸਨਲ ਸਪੋਰਟ ਵਰਕਰ ਲੌਂਗ ਟਰਮ ਕੇਅਰੇਡਸ ਸੌਫਟਵੇਅਰ ਇੰਜੀਨੀਅਰਸ ਵੈਬ ਡਿਜ਼ਾਈਨਰਸ ਮਕੈਨਿਕਲ ਤੇ ਇਲੈਕਟ੍ਰੀਕਲ ਇੰਜੀਨੀਅਰਸ ਤੇ ਟੈਕਨੀਸ਼ੀਅਨਸ ਟੀਚਰ ਟੂਰਿਜ਼ਮ ਤੇ ਹਸਪਿਟੈਲਿਟੀ ਦੇ ਕੰਮੇ ਟਰੱਕ ਡਰਾਈਵਰ ਡਿਲੀਵਰੀ ਡਰਾਈਵਰ ਦੀ ਸਰਵਿਸਿਜ਼ ਦੇ ਕੰਮੇ ਮਿਲ ਸਕਣਗੇ ਜਿਸ ਦੇ ਵਿੱਚ ਕਾਮਿਆਂ ਦੀ ਇਸ ਸਮੇਂ ਕੈਨੇਡਾ ਪਰ ਵਿੱਚ ਭਾਰੀ ਕਮੀ ਵੀ ਪਾਈ ਜਾ ਰਹੀ ਹੈ ਤੇ ਇਸੇ ਨੂੰ ਪੂਰਾ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਰਾਹੀਂ ਵੀ ਮਦਦ ਲਈ ਜਾਵੇਗੀ ਅਗਲੇ ਕੁਝ ਸਾਲਾਂ ਵਿੱਚ ਇਸ ਪਾਇਲਟ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਵੱਡਾ ਕੀਤੇ ਜਾਣ ਦਾ ਟੀਚਾ ਵੀ ਮਿੱਥਿਆ ਗਿਆ ਹੈ ਜਿਸ ਦੇ ਰਾਹੀਂ 2000 ਕੁਆਲੀਫਾਈਡ ਰਿਫਿਊਜੀਸ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ ਇਨ ਫੈਕਟ ਡੂਰਿੰਗ ਦੋਜ਼ ਟੂ ਇਅਰਸ ਈਚ ਆਫ ਦੋਜ਼ ਟੂ ਇਅਰਸ Canada resettled more than one third of the total number of people who were uh, resettled permanently as refugees globally. This is extraordinary, and it's a source of national pride when I meet with people in communities, and volunteers in particular, who've had a hand in fostering a successful integration and resettlement of people.